ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮਾਮਲਾ ਬਸ ਬੱਚੇ ਖੇਡਦੇ ਪਏ, ਖੇਡਣ ਤੋਂ ਹੀ ਆਪਾਂ 'ਚ ਬੋਲਬਾਲ ਤੋਂ ਕੋਈ ਲੜਾਈ ਹੋਈ ਹੈ। ਉਹ 'ਚ ਪਿਸਤੌਲ ਲਿਆ ਕੇ ਅਤੇ ਗੋਲੀ ਗਾਲੀ ਚੱਲੀ, ਉਹ 'ਚ ਦੋ ਬੱਚੇ ਜ਼ਖਮੀ ਹੋਏ ਆ ਅਤੇ ਇੱਕ ਦੀ ਮਦਰ ਦਾ ਹੀ ਹੈ ਅਤੇ ਇੱਕ ਮੁਹੱਲੇ ਦਾ ਮੁੰਡਾ ਜ਼ਖਮੀ ਹੋਇਆ। ਜਿਨ੍ਹਾਂ ਨੇ ਗੋਲੀ ਚਲਾਈ, ਬਲਜੀਤ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਵਗੈਰਾ ਨਾਂ ਦੱਸ। ਹਾਂਜੀ, ਜੋ ਸਾਡੇ ਹੱਥ ਬੀਤੀ ਹੋਈ ਹੈ, ਸਾਡੇ ਬੱਚੇ ਜਿਨ੍ਹਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਮੈਂ ਤਾਂ ਇਹ ਚਾਹੁੰਦਾ ਹਾਂ ਕਿ ਉਹਨਾਂ ਨੂੰ ਇਨਸਾਫ਼ ਮਿਲੇ, ਸਾਰਾ ਟੱਬਰ ਉਹਨਾਂ ਦੇ ਨਾਲ, ਮਗਰ ਉਹਨਾਂ ਦੇ ਨਾਲ ਜਿਹੜੇ ਅਣਪਛਾਤੇ ਬੰਦੇ ਸੀ, ਉਹਨਾਂ ਦੇ ਨਾਲ ਉਹਦੇ ਮਾਮੇ ਸੀ, ਜੋ ਵੀ ਸੀ, ਉਹਨਾਂ ਦੇ ਨਾਲ ਉਹਨਾਂ ਨੂੰ ਅੰਦਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਨੂੰ ਹਜੇ ਆਈ ਸੀ, ਉਹਨਾਂ ਨੇ ਛਾਣਬੀਨ ਆਪਣੇ ਲਿਖੇ ਆ, ਬਿਆਨ ਲਿਖੇ ਆ। ਅਸੀਂ ਤਾਂ ਪ੍ਰੈਸ ਤੋਂ ਵੀ ਇਹੀ ਨਹੀਂ ਕਰ ਸਕਦੇ, ਪੰਜਾਬ ਪੁਲਿਸ ਤੋਂ ਵੀ ਇਹੀ ਕਰਦੇ ਹਾਂ ਕਿ ਸਾਨੂੰ ਇਨਸਾਫ਼ ਚਾਹੀਦਾ ਹੈ, ਉਹ ਸਾਰੇ ਬੰਦੇ ਜਿਹੜੇ ਹੈਗੇ ਆ ਅੰਦਰ ਚਾਹੀਦੇ ਨੇ, ਉਹਨਾਂ ਦੇ ਛਾਪੇਮਾਰੀ ਕੀਤੀ ਜਾਵੇ ਅਤੇ ਇਨਸਾਫ਼ ਮਿਲਿਆ ਜਾਵੇ। ਮੇਰਾ ਨਾਮ ਜੋਗਿੰਦਰਪਾਲ ਸਿੰਘ ਹੈ। ਮੇਰੇ ਬੱਚੇ ਖੇਡਦਿਆਂ ਤੋਂ ਹੀ ਉਹਨਾਂ ਨੇ ਫੜ ਕੇ ਅਤੇ ਮੇਰੇ ਬੱਚੇ ਦਾ ਮੋਬਾਈਲ ਖੋਇਆ। ਪਹਿਲਾਂ ਉਹਨਾਂ ਨੂੰ ਖੇਡਣ ਤੋਂ ਉਹਨਾਂ ਦੀ ਬੋਲ ਚੁੱਕ ਕੇ ਸੁੱਟ ਦਿੱਤੀ, ਮੁੜ ਕੇ ਮੋਬਾਈਲ ਖੋਇਆ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਮੇਰੇ ਬੱਚੇ ਦਾ ਮੋਬਾਈਲ ਦੇ ਦਿਓ, ਮੁੜ ਕੇ ਨਹੀਂ ਦਿੱਤਾ। ਮੈਂ ਫਿਰ ਗਿਆ ਉਹਦੇ ਘਰ, ਉਦੋਂ ਉਹਨੇ ਆਣ ਕੇ ਅਤੇ ਇਸੇ ਤੂੰ ਮੈਮੇ ਹੋ ਗਈ, ਤੂੰ ਮੈਮੇ ਜੀ ਉਹਨੇ ਫੜ ਕੇ ਮੇਰੇ ਭਰਾ ਨੇ ਅਤੇ ਕੀ ਉਹਦੇ ਨਾਲ ਆਪਣੇ ਮੁੰਡਿਆਂ ਦੋਵਾਂ ਨੂੰ ਦਿੱਤੀ, ਵੀ ਰਾਈਫਲ ਦਿੱਤੀ ਕੱਢ ਕੇ, ਕਹਿੰਦਾ ਵੀ ਇਹਦਾ ਸਾਰਾ ਖਾਨਦਾਨ ਹੀ ਤਬਾਹ ਕਰ ਦਿਓ। ਉਹਨਾਂ ਨੇ ਫੜ ਕੇ ਮੇਰੇ ਦੋਵਾਂ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਮੇਰੀ ਘਰਦੀ ਨੂੰ ਵੀ ਗੋਲੀ ਮਾਰ ਦਿੱਤੀ। ਜਿਨ੍ਹਾਂ ਨੇ ਗੋਲੀ ਚਲਾਈ ਹੈ ਜੀ, ਬਲਜੀਤ ਸਿੰਘ ਆ, ਦਲਜੀਤ ਸਿੰਘ ਆ, ਕੁਲਦੀਪ ਸਿੰਘ ਆ, ਉਹਨਾਂ ਦੀ ਮਾਂ ਆ ਜੀ ਇੱਕ, ਅਤੇ ਚਾਰੇ ਜਣੇ ਆ। ਹਾਂਜੀ, ਪੁਲਿਸ ਬਾਅਦ 'ਚ ਆਈ ਆ ਜੀ, ਆ ਗਈ ਮੌਕੇ 'ਤੇ ਆ ਗਈ ਪੁਲਿਸ। ਸੁਖਵਿੰਦਰ ਕੌਰ, ਇਹ ਬੱਚੇ ਕ੍ਰਿਕਟ ਖੇਡਦੇ ਪਏ ਸੀ, ਉਹਨਾਂ ਦੇ ਬੱਚੇ ਵੀ ਉੱਥੇ ਆ, ਮਤਲਬ ਆ ਗਏ ਇਹਨਾਂ ਦੇ ਨਾਲ ਹੀ ਖੇਡਣ ਲੱਗ ਪਏ ਅਤੇ ਕੋਈ ਬੱਚਿਆਂ 'ਚ ਪਤਾ ਨਹੀਂ ਕੀ ਬੋਲ ਉਹਨੇ ਮੇਰੇ ਜੇਠ ਦੇ ਮੁੰਡੇ ਨੇ ਬੋਲ ਸੁੱਟ ਦਿੱਤੀ ਫੜ ਕੇ ਇਹਨਾਂ ਦੀ, ਅਤੇ ਉਹ ਮੇਰੇ ਵੱਡੇ ਬੇਟੇ ਨੇ ਕਿਹਾ ਵੀ ਤੁਸੀਂ ਬੋਲ ਕੇ ਸੁੱਟੀ ਮੇਰੀ ਬੋਲ ਲਿਆ ਕੇ ਦੇ, ਅਤੇ ਐਸੇ ਗੱਲ ਤੋਂ ਆਕੜਨ ਲੱਗ ਪਿਆ ਅਤੇ ਮੁੜ ਕੇ ਉਹਦੇ ਚਪੇੜ ਮਾਰਤੀ ਮੇਰੇ ਵੱਡੇ ਮੁੰਡੇ ਦੇ। ਅਤੇ ਵੱਡਾ ਮੁੰਡਾ ਮੇਰਾ 17-18 ਸਾਲ ਦਾ, ਇਹ ਵੀ ਗਰਮ ਹੋ ਗਿਆ, ਉਹਨੇ ਵੀ ਲੜ ਪਏ ਬੋਲ ਪਏ, ਮਤਲਬ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਪਏ, ਹੱਥੋਂ ਪਾਈ ਹੋਏ ਅਤੇ ਮੁੜ ਕੇ ਮੇਰੇ ਜੇਠ ਦਾ ਮੁੰਡਾ ਵੀ ਆ ਗਿਆ ਅਤੇ ਜੇਠ ਵੀ ਆ ਗਿਆ। ਇਹਨਾਂ ਨੇ ਮਤਲਬ ਵੀ ਰੌਲਾ ਜਦੋਂ ਪੈ ਗਿਆ ਅਤੇ ਇਹਨਾਂ ਨੇ ਹੱਥਾਂ 'ਚ ਚੀਜ਼ਾਂ ਫੜੀਆਂ ਸੀ ਅਤੇ ਲੈ ਆਏ ਅਤੇ ਜਦੋਂ ਇਹ ਥੋੜ੍ਹੇ ਜਿਹੇ ਗਾਂਹ ਘੁਲਦੇ ਗਾਂਹ ਨੂੰ ਹੋਏ ਅਤੇ ਮੁੜ ਕੇ ਇਹੀ ਛਡਾ ਦਿੱਤਾ ਇਹਨਾਂ ਨੂੰ, ਛਡਾ ਕੇ ਇਹੀ ਲੈਣਤਾ ਅਤੇ ਵੱਡਾ ਜੇਠ ਮੇਰਾ ਗਿਆ ਅੰਦਰੋਂ ਰਾਈਫਲ ਲਿਆਇਆ ਫੜ ਕੇ, ਰਾਈਫਲ ਲਿਆਇਆ ਅਤੇ ਵੱਡੇ ਆਪਣੇ ਵੱਡੇ ਮੁੰਡੇ ਨੂੰ ਫੜਾ ਤੀ ਅਤੇ ਰੋਂਦ ਫੜ ਕੇ ਫਟਾਫਟ ਨਿੱਕੇ ਮੁੰਡੇ ਨੇ ਫੜਾ ਤਾ ਅਤੇ ਉਹ ਰੋਂਦ ਭਰ ਕੇ ਅਤੇ ਸਿੱਧੀ ਮਤਲਬ ਇਹਨਾਂ ਨੇ ਗੋਲੀ ਮਤਲਬ ਕਿ ਕਹਿੰਦੇ ਰਹੇ ਤੁਹਾਨੂੰ ਮਾਰ ਦੇਣਾ, ਤੁਸੀਂ ਗਾਂਹ ਦਿਆ ਤੁਹਾਨੂੰ ਮਾਰ ਦੇਣਾ, ਅਤੇ ਅਸੀਂ ਪਰੇ ਨੂੰ ਚਲੇ ਗਏ ਅਤੇ ਇਹਨਾਂ ਨੇ ਮੇਰੇ ਕੋਲ ਗੋਲੀ ਚਲਾ ਤੀ। ਮੰਗ ਕਰਦੇ ਸਾਨੂੰ ਵੀ ਇਹ ਅੰਦਰ ਦਿੱਤੇ ਜਾਣ, ਇਹਨਾਂ 'ਤੇ ਪਰਚੇ ਹੋਣ, ਸਾਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਕਾਰਵਾਈ ਅਜੇ ਆਏ ਆ ਕਰਦੇ ਪਏ ਆਪਣੇ, ਪਤਾ ਨਹੀਂ ਕੀ ਗੱਲਬਾਤ ਅਜੇ ਕਰਕੇ ਗਏ ਆ। ਉਹਨਾਂ ਨੂੰ ਵੀ ਕਹਿੰਦੇ ਮੁਲਾਜ਼ਮ ਵੀ ਆਪਣੀ ਡਿਊਟੀ ਨਿਭਾਉਣ, ਆਪਣੀ ਕਾਰਵਾਈ ਕਰਨ, ਸਾਡੀ ਇਹੋ ਬੇਨਤੀ ਹੈ। ਹਾਂਜੀ ਸਰ, ਕੀ ਮਾਮਲਾ ਜੀ ਜਿਹੜਾ ਪੂਰਾ ਕੱਲ੍ਹ ਗੋਲੀਆਂ ਚੱਲੀਆਂ ਜਿਹੜੀਆਂ ਹੋਣਗੀਆਂ? ਇਹ ਜੀ ਆ ਚੌਂਕੀ ਕੋਟ ਮੇਤ ਸਿੰਘ ਦੇ ਏਰੀਏ ਵਿੱਚ, ਮਾਤਾ ਗੰਗਾ ਜੀ ਨਗਰ, ਭਾਈ ਮਾਝ ਸਿੰਘ ਰੋਡ, ਦੋ ਭਰਾ ਰਹਿੰਦੇ ਨੇ ਜੋਗਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ। ਇਹਨਾਂ ਦੇ ਬੱਚੇ ਗਲੀ ਦੇ ਵਿੱਚ ਕ੍ਰਿਕਟ ਖੇਡਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ, ਉਹ ਬੱਚੇ ਦਾ ਝਗੜਾ ਮੁੜ ਕੇ ਵੱਡਿਆਂ 'ਚ ਆ ਗਿਆ ਅਤੇ ਇਹ ਜਿਹੜਾ ਕੁਲਦੀਪ ਸਿੰਘ ਆ, ਇਹਦੇ ਬੇਟੇ ਰਾਜੇ ਨੇ ਦੇ ਨਾਲ ਹੀ ਰਾਈਫਲ ਦੇ ਨਾਲ ਇੱਕ ਫਾਇਰ ਕੀਤਾ ਅਤੇ ਉਹ ਜਿਹੜਾ ਵਾ ਜੋਗਿੰਦਰਪਾਲ ਸਿੰਘ ਦੇ ਬੇਟੇ ਸੁਰਿੰਦਰਪਾਲ ਸਿੰਘ ਅਤੇ ਜਸਵਿੰਦਰਪਾਲ ਸਿੰਘ ਦੇ ਉਹਦੇ ਸ਼ਰੇ ਗਨਸ਼ੋਟ ਲੱਗੇ ਆ। ਇੱਕ ਨੇਬਰ ਸੀ ਗਵਾਂਢੀ, ਉਹਦੇ ਵੀ ਸ਼ਰੇ ਲੱਗੇ ਆ ਇਹ, ਅਤੇ ਕੁਲਦੀਪ ਦੀ ਜੋਗਿੰਦਰਪਾਲ ਸਿੰਘ ਜਿਹੜੇ ਇਹਨਾਂ ਦੀ ਵਾਈਫ, ਉਹਦੇ ਵੀ ਇੱਕ ਦੋ ਸ਼ਰੇ ਲੱਗੇ ਆ ਅਤੇ ਇਹ ਫਿਲਹਾਲ ਅਜੇ ਗੁਰੂ ਨਾਨਕ ਹੋਸਪਿਟਲ ਦਾਖਲ ਨੇ ਅਤੇ ਜਿਹੜਾ ਕੁਲਦੀਪ ਸਿੰਘ ਆ ਅਤੇ ਇਹਦੇ ਬੇਟੇ ਦੇ ਖਿਲਾਫ਼ ਅਸੀਂ ਜੋਗਿੰਦਰਪਾਲ ਸਿੰਘ ਦੇ ਬਿਆਨਾਂ ਦੇ ਉੱਤੇ 307/34/25/27 ਆਰਮਜ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਅਤੇ ਬੰਦੇ ਅਰੈਸਟ ਹੋ ਗਏ ਜੀ? ਨਹੀਂ, ਬੰਦਿਆਂ ਬਾਰੇ ਅਸੀਂ ਹੁਣ ਟੀਮਾਂ ਭੇਜੀਆਂ ਨੇ ਅਤੇ ਉਹ ਅਜੇ ਤੱਕ ਅਰੈਸਟ ਕੋਈ ਨਹੀਂ ਆਇਆ ਜੀ, ਛੇਤੀ ਕਰ ਲਉਂਗੇ। ਕੋਈ CCTV ਆਇਆ ਜੀ ਸਾਹਮਣੇ? CCTV ਬਾਰੇ ਅਜੇ ਕੁਛ ਨਹੀਂ ਕਹਿ ਸਕਦੇ, ਉਹ ਅਸੀਂ ਚੈੱਕ ਕਰ ਰਹੇ ਹਾਂ।
ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 466 7009।